ਪਛਾਣ ਵੀਰੋ ਦੇਖ ਲਓ ਤੁਸੀਂ ਆਪੂ ਸੁਣ ਲਓ ਆਵਾਜ਼ ਅਰਜੁਨ ਦੀ ਹੈਗੀ ਆ ਕਿ ਜਾਂ ਦੂਸਰੀ ਆਵਾਜ਼ ਆ ਠੀਕ ਹੈ ਥੋੜ੍ਹਾ ਚਲਾ ਲਓ ਘੁਮਾਉਣਾ ਦੇ ਥੋੜ੍ਹਾ ਜਿਹਾ ਤੁਹਾਨੂੰ ਘੁਮਾ ਕੇ ਵੀ ਦੱਸਦੇ ਆ ਕਿਸਾਨ ਵੀਰੋ ਰਾਮ ਰਾਮ ਸਤਿ ਸ਼੍ਰੀ ਅਕਾਲ ਨਮਸਕਾਰ ਸਾਰੇ ਕਿਸਾਨ ਭਰਾਵਾਂ ਦਾ ਟਰੈਕਟਰ ਸੈਂਡ ਖੇਤੀ ਟੈਕ ਯੂਟਿਊਬ ਚੈਨਲ 'ਤੇ ਮੋਸਟ ਵੈਲਕਮ ਹੈ ਅਤੇ ਜੋ ਆਪਣੀ ਵੀਡੀਓ ਅੱਜ ਦੀ ਕਿਸਾਨ ਵੀਰੋ ਅੱਜ ਆਪਾਂ ਆਏ ਹਾਂ ਕਿਸਾਨ ਵੀਰੋ ਪਿੰਡ ਕੋਲੀਆਂ ਚੱਟ ਕਰਕੇ ਜ਼ਿਲ੍ਹਾ ਪਠਾਨਕੋਟ ਸਟੇਟ ਪੰਜਾਬ ਅਤੇ ਇੱਥੇ ਅੱਜ ਆਪਾਂ ਕਿਸਾਨਾਂ ਕੋਲ ਆਏ ਹਾਂ ਅਤੇ ਤੁਹਾਡੀ ਕਿਸਾਨਾਂ ਨਾਲ ਇੰਟਰੋਡਕਸ਼ਨ ਵੀ ਕਰਾਵਾਂਗੇ ਗੱਲਬਾਤ ਵੀ ਕਰਾਵਾਂਗੇ ਅਤੇ ਉਹਦੇ ਕੋਲ ਨਾ ਆਪਾਂ ਨੂੰ ਟਰੈਕਟਰ ਮਿਲਿਆ ਹਿੰਦੁਸਤਾਨ ਜਿੱਦਾਂ ਕਿ ਤੁਹਾਨੂੰ ਪਤਾ ਕਾਫੀ ਡਿਮਾਂਡ ਹੈ ਇਸ ਟਰੈਕਟਰ ਦੀ ਅਤੇ ਇਹਨੂੰ ਅਜੇ ਕੋਈ ਜ਼ਿਆਦਾ ਟਾਈਮ ਵੀ ਨਹੀਂ ਹੋਇਆ ਨਵਾਂ ਆਏ ਦੇ ਫਿਰ ਤੋਂ ਕੰਪਨੀ ਨੇ ਇਹਨੂੰ ਦੁਬਾਰਾ ਨਾ ਰੀਲੌਂਚ ਕੀਤਾ ਅਤੇ ਹੁਣ ਇਹਦੀ ਮੀਨਿੰਗ ਬੁਕਿੰਗ ਚੱਲਦੀ ਪਈ ਹੈ ਸ਼ੁਰੂ 'ਚ ਤਾਂ ਮਿਲ ਜਾਂਦਾ ਸੀ ਲੇਕਿਨ ਹੁਣ ਆਪਾਂ ਏਜੰਸੀ 'ਚ ਵੀ ਪਤਾ ਕੀਤਾ ਜੇ ਕਿਸੇ ਨੇ ਲੈਣਾ ਤਾਂ ਕਹਿੰਦੇ ਘੱਟੋ ਘੱਟ ਮਹੀਨੇ ਦੀ ਬੁਕਿੰਗ ਚੱਲਦੀ ਪਈ ਹੈ ਤਾਂ ਫਿਰ ਇਹ ਟਰੈਕਟਰ ਮਿਲ ਰਿਹਾ ਕਿਸੇ ਨੂੰ ਵੀ ਅਤੇ ਇੱਥੇ ਕਿਸਾਨ ਵੀਰਾਂ ਨੇ ਲਿਆ ਤਾਂ ਜੇ ਕਹਿੰਦੇ ਮਹੀਨਾ ਡੇਢ ਹੀ ਹੋਇਆ ਅਤੇ ਇੱਕ ਸੀਜ਼ਨ ਲਗਾਇਆ ਅਸੀਂ ਅਤੇ ਤੁਹਾਡੀ ਗੱਲਬਾਤ ਕਰਾਵਾਂਗੇ ਕਿਸਾਨਾਂ ਨਾਲ ਵੀ ਬਾਕੀ ਕੁਛ ਕਿਸਾਨਾਂ ਦੇ ਕਮੈਂਟ ਆਉਂਦੇ ਜਿੱਦਾਂ ਆਪਾਂ ਪਹਿਲੀ ਵੀਡੀਓ ਬਣਾਈ ਸੀ ਕਿ ਬਾਈ ਇਹ ਜਿਹੜਾ ਟਰੈਕਟਰ ਹੈ ਇਹ ਮੀਨਿੰਗ ਨਵਾਂ ਨਹੀਂ ਲਾਂਚ ਹੋਇਆ ਪਹਿਲਾਂ ਹੀ ਹੈ ਤਾਂ ਤੁਸੀਂ ਜਿੱਦਾਂ ਉਹ ਮੋਡੀਫਾਈ ਵਗੈਰਾ ਕਰਾ ਕੇ ਪੇਂਟ ਪੂੰਟ ਕਰਾ ਕੇ ਤਾਂ ਥੋੜ੍ਹਾ ਮੀਨਿੰਗ ਗੁਮਰਾਹ ਕਰਦੇ ਹੋ ਕਿਸਾਨਾਂ ਨੂੰ ਬੇਵਕੂਫ ਬਣਾ ਦਿਓ ਕਿਸਾਨ ਵੀਰੋ ਇੱਦਾਂ ਦੀ ਕੋਈ ਗੱਲ ਨਹੀਂ ਹੈ ਇਹ ਐਕਚੁਅਲੀ ਜੀ ਕੰਪਨੀ ਨੇ ਲਾਂਚ ਕੀਤਾ ਜਿਹੜਾ ਟਰੈਕਟਰ ਨਵਾਂ ਅਤੇ ਮੈਂ ਕੰਪਨੀ ਦਾ ਫਿਰ ਦੱਸ ਦਿੰਦਾ ਤੁਹਾਨੂੰ ਇਹ ਜਿਹੜਾ ਲੋਗੋ ਤੁਸੀਂ ਦੇਖ ਸਕਦੇ ਹੋ ਇਹ ਗਰੋ ਮੈਕਸ ਕੰਪਨੀ ਆ ਗੁਜਰਾਤ 'ਚ ਕਿਸਾਨ ਵੀਰੋ ਇਹਦਾ ਪਲਾਂਟ ਆ ਜਿੱਥੇ ਮੈਨੂਫੈਕਚਰਿੰਗ ਕੀਤੇ ਜਾਂਦੇ ਆ ਟਰੈਕਟਰ ਅਤੇ ਬਾਕੀ ਅਗਲੀ ਜਿਹੜੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਗੱਲ ਕਰਦੇ ਹਾਂ ਤਾਂ ਫਿਰ ਉਹਦੇ ਕੋਲ ਪੁੱਛਦੇ ਹਾਂ ਵੀ ਕਿੰਨੇ 'ਚ ਪੈ ਗਿਆ ਅਤੇ ਕਿਹੜੇ ਕਿਹੜੇ ਕੰਮ ਹੈ ਅਤੇ ਚਲਾਨ 'ਚ ਕਿੱਦਾਂ ਆ ਜਾਓ ਭਾਅ ਜੀ ਅੱਛਾ ਭਾਅ ਜੀ ਪਹਿਲੇ ਤਾਂ ਆਪਣਾ ਨਾ ਨਾਂ ਵਗੈਰਾ ਥੋੜ੍ਹੀ ਇੰਟਰੋਡਕਸ਼ਨ ਏਰੀਆ ਦੱਸ ਦਿਓ ਮੇਰਾ ਨਾਮ ਲਵਲੀ ਹੈ ਜੀ ਪਿੰਡ ਕੋਲੀਆਂ ਜ਼ਿਲ੍ਹਾ ਪਠਾਨਕੋਟ ਠੀਕ ਹੈ ਭਾਅ ਜੀ ਥੋੜ੍ਹੀ ਜਿਹੀ ਆਵਾਜ਼ ਉੱਚੀ ਰੱਖਿਓ ਹਾਂਜੀ ਠੀਕ ਹੈ ਅਤੇ ਬਾਕੀ ਭਾਅ ਜੀ ਕਦੋਂ ਤੋਂ ਚਲਾ ਰਹੇ ਫਿਰ ਟਰੈਕਟਰ ਇਹ ਹਿੰਦੁਸਤਾਨ ਇਹ ਤਕਰੀਬਨ 2 ਕੁ ਮਹੀਨੇ ਹੋ ਗਏ ਆ ਝੋਨੇ ਦੀ ਬਾਈ ਬਜਾਈ ਤੋਂ ਪਹਿਲਾਂ ਲਿਆਂਦਾ ਸੀਗਾ ਇਹ ਠੀਕ ਹੈ ਹਾਂਜੀ ਅਤੇ ਇਹ ਜਿਹੜਾ ਹਿੰਦੁਸਤਾਨ ਹੈ ਜਿੱਦਾਂ ਇਸ ਤੋਂ ਪਹਿਲੇ ਕਿਹੜਾ ਚਲਾਇਆ ਤੁਸੀਂ ਭਾਅ ਜੀ ਇਸ ਤੋਂ ਪਹਿਲਾਂ ਮਹਿੰਦਰਾ ਸੀਗਾ ਆਪਾਂ 475 ਠੀਕ ਹੈ ਉਹ ਵਿੱਚ ਘਟਾਇਆ ਆਪਾਂ 2 ਲੱਖ 2 ਲੱਖ 'ਚ ਸਾਨੂੰ 2000 ਮਾਡਲ ਸੀ 20-22 ਸਾਲ ਚਲਾ ਕੇ ਵਿੱਚ ਘਟਾਇਆ ਆਪਾਂ ਠੀਕ ਹੈ ਮੀਨਿੰਗ ਜਿੰਨੇ ਕੁ ਦਾ ਲਿਆ ਸੀ ਉਹਨੇ ਕੁ ਦਾ ਘਟੋ ਗਿਆ ਹੋਣਾ ਫਿਰ 2.5 ਦਾ ਲਿਆ ਸੀ 2.5 ਦਾ ਲਿਆ ਸੀ 2 ਦਾ ਫਿਰ ਚੱਲ ਗਿਆ ਠੀਕ ਹੈ 20 ਸਾਲ ਚਲਾ ਕੇ 22 ਸਾਲ ਹਾਂਜੀ ਠੀਕ ਹੈ ਅਤੇ ਭਾਅ ਜੀ ਇਹ ਫਿਰ ਕਿੰਨੇ 'ਚ ਪੈ ਗਿਆ ਟੋਟਲ ਘਟਾ ਕੇ ਇੱਕ ਟਾਗੇ 7.5 'ਚ ਪੈ ਗਿਆ ਕੰਪਲੀਟ 7.5 ਸਾਡੇ ਅੱਛਾ 7.5 7 ਤੋਂ 7.5 ਮੰਨ ਲਈਏ ਆਪਾਂ ਠੀਕ ਹੈ 7 ਕੁ ਠੀਕ ਆ ਚਲੋ ਅਤੇ ਬਾਕੀ ਜੇ ਗੱਲ ਕਰੀਏ ਆਪਾਂ ਟਰੈਕਟਰ ਦੀ ਅਤੇ ਹਿੰਦੁਸਤਾਨ ਕਿੱਦਾਂ ਭਾਅ ਜੀ ਤੁਹਾਨੂੰ ਪਤਾ ਚੱਲਿਆ ਵੀ ਟਰੈਕਟਰ ਕੰਪਨੀ ਨੇ ਫਿਰ ਲਾਂਚ ਕੀਤੇ ਆ ਅਤੇ ਤੁਹਾਡਾ ਵਿਚਾਰ ਬਣਿਆ ਵੀ ਹਿੰਦੁਸਤਾਨ ਹੀ ਲੈਣਾ ਨਹੀਂ ਤਾਂ ਹੋਰ ਵੀ ਕਾਫੀ ਕੰਪਨੀਆਂ ਜਿੱਦਾਂ ਚੱਲਦੀਆਂ ਪਈਆਂ ਜਿੱਦਾਂ ਹੀ ਸਾਰੀਆਂ ਚੱਲੀਆਂ ਸਾਰੇ ਲੋਕਾਂ ਕੋਲ ਆਮ ਹੀ ਟਰੈਕਟਰ ਆ ਇਹ ਪਿੰਡ ਹੈ ਨਹੀਂ ਕਿਤੋਂ ਅੱਛਾ ਜੀ ਅੜੀ ਕਰਕੇ ਹੀ ਲੈਣਾ ਅੱਛਾ ਅੜੀ ਕਰਕੇ ਜਿੱਦਾਂ ਇਹਦੀ ਯੂਨੀਕਨੈਸ ਇੱਕ ਅਲੱਗ ਜਿਹਾ ਹੈ ਨਾ ਦਿਖਦਾ ਹੈ ਹਾਈਟ ਦੇਖੋ ਹਾਈਟ ਇੰਨੀ ਮੈਂ ਕੇ ਟਰੈਕਟਰ ਇੰਨੀ ਦੇਖੀ ਨਹੀਂ ਆ ਹਾਈਟ ਬਹੁਤ ਟਾਈਟਰ ਦੀ ਠੀਕ ਹੈ ਉਹ ਜਿਹੜਾ ਆਪਾਂ ਜਿਹਨੂੰ ਕਹਿ ਲੈਂਦੇ ਕਿਸਾਨ ਵੀਰੋ ਗਰਾਊਂਡ ਕਲੀਅਰੈਂਸ ਆ ਜਿਹੜਾ ਟਰੈਕਟਰ ਦਾ ਜਿਹੜਾ ਇੰਜਨ ਆ ਅਤੇ ਇਹਦੇ ਜਿਹੜੀ ਜ਼ਮੀਨ ਆ ਇਹਦੇ ਵਿਚਲਾ ਗੈਪ ਗਰਾਊਂਡ ਕਲੀਅਰੈਂਸ ਬਾਈ ਵੀ ਕਹਿੰਦੇ ਇਹ ਸਭ ਤੋਂ ਜ਼ਿਆਦਾ ਮੈਂ ਕਿਸੇ ਵੀ ਟਰੈਕਟਰ 'ਚ ਇੰਨਾ ਨਹੀਂ ਦੇਖਿਆ ਉੱਚਾਈ ਠੀਕ ਹੈ ਵੀ ਲੰਬਾਈ 'ਚ ਟਰੈਕਟਰ ਅੱਗੋਂ ਚੜ੍ਹਦਾ ਨਹੀਂ ਹੈ ਅੱਛਾ ਮੀਨਿੰਗ ਲਿਫਟਿੰਗ ਵਗੈਰਾ ਨਹੀਂ ਕਰਦਾ ਅੱਗੋਂ ਚੁਕਾਉਂਦਾ ਨਹੀਂ ਲੰਬੇ ਟਰੈਕਟਰ ਦਾ ਹੀ ਜ਼ਿਆਦਾ ਫਾਇਦਾ ਹੁੰਦਾ ਫਾਇਦਾ ਹੁੰਦਾ ਠੀਕ ਹੈ ਠੀਕ ਹੈ ਬਾਕੀ ਉਹ ਵੀ ਚਲਾ ਕੇ ਦੇਖਿਆ ਜੀ ਆਹ ਵੀ ਕੰਪਨੀ ਬੰਦ ਹੋਈ ਸੀ ਹਾਂ ਹਾਂ ਪੁਰਾਣੀ ਚੀਜ਼ ਸੀ ਸਭ ਤੋਂ ਇਹ ਨਾ ਪਹਿਲਾਂ ਬੜੇ ਚੱਲੇ ਹਾਂ ਬੜੇ ਚੱਲੇ ਸੀ ਪਹਿਲੇ ਆ ਤਾਂ ਹੀ ਲੈ ਲਿਆ ਠੀਕ ਹੈ ਅਤੇ ਬਾਕੀ ਭਾਅ ਜੀ ਜੇ ਆਪਾਂ ਇਹਦੇ ਇੰਜਨ ਦੀ ਗੱਲ ਕਰੀਏ ਤਾਂ ਇੰਜਨ ਕਿਹੜਾ ਇਹਦੇ 'ਚ ਤੁਹਾਨੂੰ ਜਿੱਦਾਂ ਲਿਆ ਕੁਛ ਹੈਗੀ ਜਾਣਕਾਰੀ ਇੰਜਨ 52 HP ਦਾ ਕਹਿੰਦੇ ਆ 52 HP ਮੈਂ ਆ ਕੇ ਨਾ ਇੱਕ ਵੀਡੀਓ ਪਾਈ ਸੀ ਯੂਟਿਊਬ 'ਤੇ ਤਾਂ ਕਾਫੀ ਮੀਨਿੰਗ ਵਾਇਰਲ ਹੋਈ ਜਿੱਦਾਂ ਅਤੇ ਉਹਦੇ 'ਚ 90% ਕਿਸਾਨਾਂ ਦੇ ਇਹੋ ਹੀ ਆਏ ਜਿੱਦਾਂ ਕਮੈਂਟ ਵਗੈਰਾ ਕਿ ਭਾਅ ਜੀ ਇਹ ਤਾਂ ਮਹਿੰਦਰਾ ਸੇਮ ਟੂ ਸੇਮ ਜਿੱਦਾਂ ਅਰਜੁਨ 555 ਕਹਿ ਦਿਉ ਕੰਪਨੀ ਨੇ ਸ਼ੋਅ ਚੇਂਜ ਕਰਤੀ ਹੈ ਅਤੇ ਇੰਜਨ ਵੀ ਉਹੀ ਆ ਗੇਅਰ ਬਕਸਾ ਬਹਿ ਕੇ ਸਭ ਮੀਨਿੰਗ ਆਲ ਟੂ ਆਲ ਇੱਕ ਸ਼ੋਅ ਨੂੰ ਛੱਡ ਕੇ ਅਤੇ ਸਹੀ ਗੱਲ ਆ ਭਾਅ ਜੀ ਤੁਸੀਂ ਚਲਾਉਂਦੇ ਪਏ ਹੋ ਅੱਜ ਤੁਹਾਡੇ ਕੋਲ ਪੁੱਛਦੇ ਆਪਾਂ ਇਹ ਤਾਂ ਉੱਦਾਂ ਹੀ ਲੱਗਦੀ ਹੈ ਬਾਕੀ ਜ਼ੋਰ ਜ਼ੂਰ ਕਾਫੀ ਆ ਜ਼ੋਰ ਜ਼ੂਰ ਕਾਫੀ ਆ ਰੋਟਾਵੇਟਰ ਪਾਈਦਾ ਇਹਦੇ ਪਿੱਛੇ 8 ਫੁੱਟ ਦਾ ਠੀਕ ਹੈ ਠੀਕ ਹੈ ਚੱਲਦਾ ਉਹਦੇ ਨਾਲ ਇੱਕ ਕਣਕ ਆਪਣਾ ਝੋਨਾ ਝੋਨਾ ਬੀਜਿਆ ਆਪਾਂ ਠੀਕ ਹੈ ਬਿਜਾਈ ਉਹਦੇ ਨਾਲ ਕੀਤੀ ਅਤੇ ਕੋਈ ਕਮੀ ਲੱਭੀ ਹੋਏ ਟਰੈਕਟਰ 'ਚ ਅਜੇ ਤੱਕ ਕੋਈ ਕਮੀ ਨਹੀਂ ਬਿਲਕੁਲ ਅਤੇ ਬਾਕੀ ਜਿੱਦਾਂ ਕਿ ਕਿਸਾਨ ਕਹਿੰਦੇ ਆ ਵੀ ਬਾਈ ਇਹ ਅਰਜੁਨ ਆ ਤੁਸੀਂ ਬੇਕੂਫ ਬਣਾ ਰਹੇ ਹੋ ਸ਼ੋਅ ਹਿੰਦੁਸਤਾਨ ਦੀ ਲਾਤੀ ਅਤੇ ਇਹਦੇ ਨਾਲੋਂ ਲੈਣ ਨਾਲੋਂ ਚੰਗਾ ਕੀ ਕਹਿੰਦੇ ਅਰਜਨ ਲੈ ਲਓ ਅਤੇ ਜੇ ਮੰਨ ਲਓ ਬਾਈ ਵੀ ਅਰਜੁਨ ਵਧੀਆ ਟਰੈਕਟਰ ਹੈ ਠੀਕ ਆ ਅਤੇ ਉਹਨੂੰ ਕਹਿੰਦੇ ਵੀ ਇਹ ਵੀ ਅਰਜੁਨ ਹੀ ਆ ਤਾਂ ਫਿਰ ਇਹ ਮਾੜਾ ਕਿੱਦਾਂ ਹੋ ਗਿਆ ਜੀ ਉਹ ਵੀ ਅਰਜੁਨ ਸ਼ੋਅ ਵੱਖਰੀ ਹੋ ਗਈ ਅਤੇ ਟਰੈਕਟਰ ਤਾਂ ਇਹ ਵੀ ਵਧੀਆ ਸਗੋਂ ਆਪਸ਼ਨ ਨਹੀਂ ਮਿਲ ਗਿਆ ਕਿਸਾਨ ਨੂੰ ਅਰਜੁਨ ਵਾਲੀ ਸ਼ੋਅ 'ਚ ਵੀ ਲਾ ਦਿਓ ਅਤੇ ਜਾਂ ਹਿੰਦੁਸਤਾਨ 'ਚ ਵੀ ਲਾ ਦਿਓ ਜੇ ਹਾਂਜੀ ਹਾਂਜੀ ਹੈ ਤਾਂ ਹੈ ਪਰ ਇਹਦੀ ਦੇਖੋ ਇਹਦਾ ਅਰਜੁਨ ਨਾਲੋਂ ਵੱਧ ਨਹੀਂ ਲੱਗਦਾ ਹਾਂ ਇਹਦਾ ਜਿਹੜਾ ਗਰਾਊਂਡ ਕਲੀਅਰ ਇੱਕ ਨਾਲੇ ਟਰਾਲੀ ਪਿੱਛੇ ਪਾਈ ਉਹ ਜ਼ਿਆਦਾ ਚੱਕਿਆ ਨਹੀਂ ਜਾਂਦਾ ਚੱਕਿਆ ਨਹੀਂ ਜਾਂਦਾ ਠੀਕ ਹੈ ਠੀਕ ਹੈ ਅਰਜੁਨ ਚੱਕਿਆ ਜਾਂਦਾ ਬਹੁਤ ਜ਼ਿਆਦਾ ਅਤੇ ਬਾਕੀ ਅਰਜੁਨ ਹੈ ਵੀ
ਪਿੱਛੋਂ ਵੀ ਸ਼ੋਅ ਦੇਖੋ ਪਿੱਛੋਂ ਵੀ ਉਦਾਂ ਦੀ ਆ ਆ ਜੀ ਕਿਸਾਨ ਵੀਰੋ ਪਿੱਛੋਂ ਦਿਖਾਉਂਦੇ ਆ ਤੁਹਾਨੂੰ ਟਰੈਕਟਰ ਠੀਕ ਹੈ ਠੀਕ ਆ ਜੈਕਟ ਟਰਾਲੀ ਲਾਉਣ ਵਾਸਤੇ ਤੁਹਾਨੂੰ ਕੁਛ ਐਕਸਟਰਾ ਲਗਾਉਣ ਦੀ ਲੋੜ ਨਹੀਂ ਆ ਇਹ ਕੰਪਨੀ ਫਿਟਡ ਹੀ ਆ ਦੋਨੇ ਕੰਪਨੀ ਫਿਟਡ ਨਾਲ ਆਂਦੇ ਦੋ ਠੀਕ ਹੈ ਦੋ ਡਿਸਟ੍ਰੀਬਿਊਟਰ ਵਾਲੇ ਵਾਲ ਆ ਕਿਸਾਨ ਵੀਰੋ ਹਾਂਜੀ ਤੇ ਇਹ ਇਹ ਜਿਹੜਾ ਭਾਜੀ ਅੱਗੇ ਆ ਕਿਸੇ ਵੀ ਬੋਰਡ ਲਗਾਉਣ ਨੂੰ ਇਹ ਜਿਹੜਾ ਟਰਾਲੀ ਦੀਆਂ ਲਾਈਟਾਂ ਵਗੈਰਾ ਜਗਾਉਂਦੇ ਹਨ ਤੇ ਇਹਦੀ ਥੋੜੀ ਦਿਓ ਭਾਈ ਜਾਣਕਾਰੀ ਹੈ ਜਿੱਦਾਂ ਇਹ ਪੰਪ ਡਿਸਟ੍ਰੀਬਿਊਟਰ ਵਾਲਾ ਪੰਪ ਆ ਭਾਈ ਹਾਂਜੀ ਹਾਂਜੀ ਡਿਸਟ੍ਰੀਬਿਊਟਰ ਦਾ ਪੰਪ ਆ ਇਹ ਤੇ ਲੀਵਰ ਵੀ ਦੇਤਾ ਉਹਨਾਂ ਕੰਪਨੀ ਨੇ ਇਹਦਾ ਅਲੱਗ ਤੋਂ ਆ ਲੀਵਰ ਆ ਦੂਸਰੀ ਸਾਈਡ ਤੇ ਅੱਛਾ ਦੂਸਰੀ ਸਾਈਡ ਤੇ ਕਿਸਾਨ ਵੀਰੋ ਇਧਰੋਂ ਦਿਖਾਣਾ ਤੁਹਾਨੂੰ ਮੈਂ ਇਹ ਦੂਜੀ ਸਾਈਡ ਤੇ ਲੀਵਰ ਵੀ ਦੇਤਾ ਕੰਪਨੀ ਨੇ ਇਹ ਦੇਖ ਲਓ ਇਹ ਤੇ ਇਹਦਾ ਮੇਨ ਗੇਅਰ ਵਾਲਾ ਲੀਵਰ ਆ ਤੇ ਇਹ ਡਿਸਟ੍ਰੀਬਿਊਟਰ ਵਾਲਾ ਲੀਵਰ ਆ ਕਿਸਾਨ ਵੀਰੋ ਤੇ ਬਾਕੀ ਭਾਈ ਥੋੜੀ ਆਵਾਜ਼ ਸੁਣਾਓਗੇ ਇਹਦੇ ਸਟਾਰਟ ਕਰਕੇ ਬਾਕੀ ਆ ਹੈਗਾ ਚਾਰਜਿੰਗ ਪੁਆਇੰਟ ਉਹ ਇਤਨਾ ਐਡਵਾਂਸ ਫੀਚਰ ਵੀ ਉੱਤੇ ਹੋਏ ਨਾਲ ਅੱਛਾ ਚਾਰਜਿੰਗ ਹੈਗਾ 12 ਵੋਲਟ ਦਾ ਚਾਰਜਿੰਗ ਸਾਕਟ ਆ ਜਦਾਂ ਗੱਡੀਆਂ 'ਚ ਹੁੰਦਾ ਵਗੈਰਾ ਹਾਂ ਹਾਂ ਉਹਦਾ ਮੋਬਾਈਲ ਵਗੈਰਾ ਰੱਖਣ ਨੂੰ ਅੱਛਾ ਸਟੈਂਡ ਵਗੈਰਾ ਦਿੱਤਾ ਹਾਂ ਹਾਂ ਸਾਕਟ ਸਾਰਾ ਠੀਕ ਹੈ ਤੇ ਭਾਈ ਥੋੜੀ ਨਾ ਆਵਾਜ਼ ਸੁਣਾਓ ਚੈੱਕ ਕਰੀਏ ਆਪਾਂ ਟਰੈਕਟਰ ਦੀ ਆਪਣੇ ਕਿਸਾਨ ਵੀਰਾਂ ਨੂੰ ਆਵਾਜ਼ ਸੁਣਾਈਏ ਕਿਸਾਨ ਵੀਰੋ ਤੁਹਾਨੂੰ ਨਾ ਆਵਾਜ਼ ਸੁਣਾਉਂਦੇ ਆ ਆਪਾਂ ਪਹਿਲੇ ਟਰੈਕਟਰ ਦੀ ਤੇ ਬਾਕੀ ਫੇਰ ਕਰਦੇ ਹਾਂ ਗੱਲ ਇਹਦਾ ਭਾਈ ਟਰਨਿੰਗ ਰੇਡੀਅਸ ਚੈੱਕ ਕਰਾਇਓ ਪਹਿਲੇ ਪਾਵਰ ਸਟੀਅਰਿੰਗ ਆ ਕਿਸਾਨ ਵੀਰੋ ਟਰਨਿੰਗ ਰੇਡੀਅਸ ਚੈੱਕ ਕਰਾਇਓ ਟਰੈਕਟਰ ਦਾ ਥੋੜ੍ਹੀ ਨਾ ਰੇਸ ਦੇ ਕੇ ਇਹਦੀ ਆਵਾਜ਼ ਚੈੱਕ ਕਰਾਇਓ ਰੇਸ ਕਿਸਾਨ ਵੀਰੋ ਦੇਖ ਲਓ ਤੁਸੀਂ ਆਪੂ ਸੁਣ ਲਓ ਆਵਾਜ਼ ਅਰਜੁਨ ਦੀ ਹੈਗੀ ਆ ਕਿ ਜਾਂ ਦੂਸਰੀ ਆਵਾਜ਼ ਆ ਠੀਕ ਹੈ ਥੋੜ੍ਹਾ ਚਲਾ ਲਓ ਘੁਮਾਉਣਾ ਦੇ ਥੋੜ੍ਹਾ ਜਿਹਾ ਤੁਹਾਨੂੰ ਘੁਮਾ ਕੇ ਵੀ ਦੱਸਦੇ ਆ ਕਿਸਾਨ ਵੀਰ ਗੇੜਾ ਲਾ ਕੇ ਦੱਸਣਗੇ ਮੀਨਿੰਗ ਵਧੀਆ ਚੀਜ਼ ਆ ਕਿਸਾਨ ਵੀਰੋ ਜਿਹੜਾ ਮੇਨ ਬਾਈ ਹੋਰਾਂ ਨੇ ਕਾਰਨ ਦੱਸਿਆ ਲੈਣ ਦਾ ਉਹ ਇਹੀ ਹੈ ਵੀ ਵੱਖਰਾ ਜਿਹਾ ਟਰੈਕਟਰ ਆ ਪਿੰਡ 'ਚ ਕਿਸੇ ਕੋਲ ਹੈਗਾ ਨਹੀਂ ਸੀ ਅਤੇ ਖਲੋਤੀ ਦੀ ਚੀਜ਼ ਨਾ ਪਤਾ ਚੱਲਦਾ ਵੀ ਖੜੀ ਆ ਚੀਜ਼ ਅਤੇ ਇਸ ਕਰਕੇ ਲੈ ਲਿਆ ਅੜੀ ਨਾਲ ਹੀ ਵੀ ਲੈਣਾ ਤਾਂ ਲੈਣਾ ਇਹੀ ਲੈਣਾ ਹਿੰਦੁਸਤਾਨ ਹੀ ਬਾਕੀ ਆਵਾਜ਼ ਵਗੈਰਾ ਕਿਸਾਨ ਵੀਰੋ ਤੁਸੀਂ ਸੁਣ ਲਈ ਆ ਅਤੇ ਤੁਹਾਨੂੰ ਪਤਾ ਚੱਲ ਹੀ ਗਿਆ ਹੋਏਗਾ ਵੀ ਕਿਹਦੇ ਵਰਗੀ ਆਵਾਜ਼ ਆ ਅਤੇ ਬਾਕੀ ਭਾਅ ਜੀ ਜੇ ਆਪਾਂ ਇਹਦੇ ਗੇਅਰ ਬੋਕਸ ਦੀ ਗੱਲ ਕਰੀਏ ਤਾਂ ਕਿਹੜਾ ਹੈ ਇਹਦੇ 'ਚ 2 ਸਪੀਡ ਆ ਜਾਂ 3 ਸਪੀਡ ਕਿੱਦਾਂ 2 ਸਪੀਡ ਵਾਲਾ ਮੋਡਲ ਹੈ ਕਿਸਾਨ ਵੀਰੋ ਹਾਈ ਅਤੇ ਲੋ ਅਤੇ ਵੈਸੇ ਕਾਫੀ ਡਿਮਾਂਡ ਹੈ ਕਿਸਾਨਾਂ ਦੀ ਵੀ ਇਹਨੂੰ 3 ਸਪੀਡ 'ਚ ਕੀਤਾ ਜਾਏ ਹਾਈ ਲੋ ਮੀਡੀਅਮ ਜਿਹੜੀ ਲੇਟੈਸਟ ਆਉਂਦੇ ਪਏ ਆ ਸਾਰੇ ਅਤੇ ਹੋ ਸਕਦਾ ਕੰਪਨੀ ਆਉਣ ਵਾਲੇ ਟਾਈਮ 'ਚ ਕਰ ਵੀ ਦੇ ਲੇਕਿਨ ਫਿਲਹਾਲ ਜਿਹੜਾ ਇਹ ਮੋਡਲ ਹੈ ਅਜੇ ਤੱਕ ਆਉਂਦਾ ਪਿਆ ਅਜੇ ਤੱਕ 2 ਸਪੀਡ 'ਚ ਹੀ ਆ ਅਤੇ ਬਾਕੀ ਨਾ ਤੁਹਾਨੂੰ ਮੈਂ ਇਹਦਾ ਮੀਟਰ ਦਿਖਾਉਂਦਾ ਜਿਹੜਾ ਇਹ ਦੇਖ ਲਓ ਡਿਜੀਟਲ ਪਲੱਸ ਐਨਾਲੋਗ ਮੀਟਰ ਹੈ ਅਤੇ ਮੀਟਰ ਵੀ ਕਿਸਾਨ ਵੀਰੋ ਦੇਖ ਲਓ ਅਰਜੁਨ ਵਰਗਾ ਹੀ ਆ ਅਰਜੁਨ 'ਚ ਵੀ ਇੱਦਾਂ ਦਾ ਹੀ ਆਉਂਦਾ ਅਤੇ ਕਿੰਨਾ ਚੱਲ ਗਿਆ ਭਾਈ ਅਜੇ ਤੱਕ 69.69 ਲਗਭਗ ਕਿਸਾਨ ਵੀਰੋ 70 ਘੰਟੇ 70 ਘੰਟੇ ਟਰੈਕਟਰ ਚੱਲਿਆ ਅਜੇ ਅਤੇ ਮੇਰੇ ਖਿਆਲ ਨਾਲ ਇੱਕ ਅੱਧੀ ਸਰਵਿਸ ਹੋਈ ਹੋਣੀ ਭਾਅ ਜੀ ਅਜੇ ਇੱਕ ਵੀ ਨਹੀਂ ਹੋਈ ਅਜੇ ਅੱਛਾ 100 ਘੰਟੇ 'ਤੇ ਆ ਠੀਕ ਆ ਜੀ ਇਹ ਪਹਿਲੀ ਸਰਵਿਸ ਵੀ ਨਹੀਂ ਹੋਈ 100 ਘੰਟੇ 'ਤੇ ਪਹਿਲੀ ਸਰਵਿਸ ਹੈ ਅਤੇ ਬਾਕੀ ਕਿਸਾਨ ਵੀਰੋ ਤੁਹਾਡੀ ਨਾ ਇੰਜਨ ਦੱਸ ਦਿੰਦਾ ਦੇਖ ਲਓ 4 ਸਿਲੰਡਰ ਇੰਜਨ ਹੈ ਇਹਦੇ 'ਚ ਇਨ ਲਾਈਨ ਪੰਪ ਆ ਬੋਸ਼ ਦਾ ਅਤੇ ਇਹ ਜਿਹੜਾ ਡੀਜ਼ਲ ਫਿਲਟਰ ਆ ਇਹਦਾ ਕੰਪਨੀ ਨੇ ਸਿੰਗਲ ਕਰਤਾ ਪਹਿਲੇ ਮੀਨਿੰਗ ਡਬਲ ਡੀਜ਼ਲ ਫਿਲਟਰ ਆਉਂਦੇ ਸੀ ਇਹਦੇ 'ਚ ਅਤੇ ਇਹ ਜਿਹੜਾ ਸਿੰਗਲ ਕਰਨ ਦਾ ਕਾਰਨ ਕੰਪਨੀ ਦੱਸਦੀ ਆ ਵੀ ਜਿਹੜਾ ਸਰਵਿਸ ਦਾ ਟਾਈਮ ਹੈ ਨਾ ਵੱਧ ਗਿਆ ਜਿੱਦਾਂ ਜ਼ਿਆਦਾ ਟਾਈਮ ਤੋਂ ਬਾਅਦ ਤੁਹਾਨੂੰ ਸਰਵਿਸ ਕਰਾਉਣੀ ਪਏਗੀ ਬਾਕੀ ਸੈਲਫ ਵੀ ਚੇਂਜ ਆ ਇਹਦੇ 'ਚ ਛੋਟਾ ਕਰਤਾ ਸਾਈਜ਼ ਅਤੇ ਬਾਕੀ ਭਾਅ ਜੀ ਹੋਰ ਕੁਛ ਕਹਿਣਾ ਚਾਹੋ ਕਿਸਾਨ ਵੀਰਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋ ਇਸ ਟਰੈਕਟਰ ਬਾਰੇ ਬਾਕੀ ਆਲ ਓਵਰ ਵਧੀਆ ਰਿਜ਼ਲਟ ਰਿਹਾ ਇਹਦਾ ਠੀਕ ਅਜੇ ਤੱਕ ਅਤੇ ਮੀਨਿੰਗ ਇਹ ਆ ਵੀ ਇਹਦੀ ਡਿਮਾਂਡ ਜਿੱਦਾਂ ਦਿਨੋਂ ਦਿਨ ਵੱਧਦੀ ਪਈ ਆ ਜਿੱਦਾਂ ਸਟਾਰਟਿੰਗ 'ਚ ਨਾ ਜਦੋਂ ਨਵੇਂ ਨਵੇਂ ਆਏ ਸੀ ਅਤੇ ਇਹਦੀ ਏਜੰਸੀ ਵਗੈਰਾ 'ਚ ਜਾਓ ਤੁਸੀਂ ਤੁਹਾਨੂੰ ਕੋਈ 2-4 ਪੀਸ ਖੜ੍ਹੇ ਮਿਲਦੇ ਸੀ ਲੇਕਿਨ ਜੇ ਤੁਸੀਂ ਹੁਣ ਜਾਓਗੇ ਏਜੰਸੀ 'ਚ ਤਾਂ ਤੁਹਾਨੂੰ 1-2 ਪੀਸ ਅਤੇ ਜੇ ਉਹਦੇ ਕੋਲ ਪੁੱਛਿਆ ਵੀ ਇਹਦਾ ਕਾਰਨ ਕਹਿੰਦੇ ਭਾਅ ਜੀ ਇਹਦੀ ਡਿਮਾਂਡ ਇੰਨੀ ਕੁ ਵੱਧ ਗਈ ਆ ਵੀ 1 ਮਹੀਨੇ ਦੀ ਬੁਕਿੰਗ ਹੋ ਗਈ ਜੇ ਟਰੈਕਟਰ ਦੀ ਬਹੁਤ ਬੁਕਿੰਗ ਹੋ ਗਈ ਆ ਮੇਰੇ ਪਿੰਡ ਇੱਕ ਨੇ 555 ਦੇ ਗਿਆ ਲਿਆਂਦਾ ਅੱਛਾ 555 ਦੇ ਕੇ ਲਿਆਂਦਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਉਹਦੇ ਬਾਅਦ ਲਾ ਕੇ 2-4 ਟਰੈਕਟਰ ਹੋਰ ਆਏ ਸਾਡੇ ਤੋਂ ਬਾਅਦ ਹਾਂ ਇੱਧਰ ਇੱਕ ਨਰੋਟ ਵਾਲੀ ਸਾਈਡ ਵੀ ਆਇਆ ਮੇਰੇ ਖਿਆਲ ਨਾਲ ਉਹ ਵੀ ਸਾਡੇ ਉਧਰੋਂ ਮੇਰੇ ਪਿੰਡ ਹੀ ਆਇਆ ਇੱਕ ਹੋਰ ਤਾਂ ਅੱਛਾ ਤੁਹਾਡੇ ਪਿੰਡ ਹੀ ਆਇਆ ਇੱਕ ਹੋਰ ਤਾਂ ਨਾਲ ਦੇ ਪਿੰਡ ਆਇਆ ਠੀਕ ਹੈ ਠੀਕ ਹੈ ਤੇ ਬਹੁਤ ਹੈ ਕਿਸਾਨ ਵੀਰੋ ਜਿਹੜਾ ਕਹਿ ਦਿਓ ਤੁਸੀਂ ਵੀ ਆਉਣ ਵਾਲਾ ਟਾਈਮ ਹੈ ਨਾ ਹਿੰਦੁਸਤਾਨ ਦਾ ਹੀ ਹੈ ਕਾਫੀ ਵਿਕਣ ਲੱਗ ਪਏਦਾ ਟਰੈਕਟਰ ਹੈ ਜਿਹੜਾ ਅਤੇ ਬਾਕੀ ਜੇ ਮੈਂ ਟਾਇਰਾਂ ਦੀ ਜਾਣਕਾਰੀ ਦੇ ਦਾਂ 750/16 ਦੇ ਫਰੰਟ ਟਾਇਰ ਹੈ
तो बैक वाले है जेडे 16928 के आ जे ये तुम ऑप्शन लैना चाहते हो 14928 च भी मिल जाएंगे, लेकिन ये जो मॉडल है किसान वीरों ये 16928 के टायर के नाल है, देख लो 16928 के बैक टायर है, बाकी इंजन वगैरह तुम देख ही सकते हो। बाकी जो अर्जुन का इंजन आता है किसान वीरों पहले आता है ना 555 च, वह जो थलो देख सकते हो तुम जिदा इन चैंबर कह लें आप, साइज छोटा ही चैंबर का, लेकिन जोड़ा ये इंजन है हिंदुस्तान से ये चैंबर का थोड़ा साइज आ कंपनी ने इनक्रीज करता, तो कंपनी कहती है भी ये जो इंजन ऑयल है वो भी थोड़ा ना ज़्यादा पैंता पहले नो जो पहले अर्जुन के इंजन ही तो पावर भी मीनिंग बढ़ गई है थोड़ी। बाकी एक होर किसान वीर दस दिना जिदा ट्रैक्टर कंपनी ने दोबारा रीलॉन्च ही कह लो तुम पहले आता सी, तो यदा ना जो ना हिंदुस्तान 60 तो मोस्टली जोड़े किसान है इस गल कन्फ्यूज हो जाते भी हिंदुस्तान 60 तो 60 एच पी है, तो कोई इनू 50 एच पी कहता कोई 55 कहता कोई 60 कहता, क्लीयर किसी को नहीं पता, तो मैं सही दस दिना किसान भी जो ट्रैक्टर है ना ना बेसक यदा हिंदुस्तान 60 है, लेकिन 52 HP कैटागरी का ट्रैक्टर है 52 HP का, जिदा अर्जुन आता ना कह लो तुम महिंद्रा का 50 तो 52 HP 19 HP किसान भीर हुई है ट्रैक्टर की, तो बाकी HP नू लैके किसी किसान भीर का कोई डाउट ना आ रहा हो 52 HP का। बाकी क्लासीकल शेप से राउंड लाइट आदि जिदा पहले आदि हिंदुस्तान एक कंपनी का लोगो है ग्रोमैक्स कंपनी आ जिदा प्रोडक्ट है हिंदुस्तान, तो इन किसान भीर एक दूसरे ट्रैक्टर भी आते हैं ग्रोमैक्स कंपनी के, वो तुम कह लो जिदा भी ट्रैक स्टार करके आते वह भी महिंद्रा ही है सेम जिदा 575-585 आता ही, तो बाकी ये देख लो ये भी सेम टू सेम खुला प्लेटफॉर्म है यदा कोई भीड़ भड़का नहीं है वे तो डबल क्लच जान भाई डबल क्लच जा ठीक है ठीक है, तो रोटावीटर कितने फुट चला भाई 8 फुट रोटावीटर है ठीक है ठीक है 8 फुट रोटावीटर चला किसान भीर, तो बाकी ये कुछ जानकारी ही किसान भीरों ट्रैक्टर की भी जानकारी देती है तुम जो किसान मालिक आंदा भी रिव्यू देता भी की कहना है ट्रैक्टर बारे तो रेट वगैरह भी आप दस ही दिता तू, तो मैं आशा करता कि फिर वीडियो वधिया लगी होएगी, तो वीडियो में लाइक करो चैनल में सबसक्राइब करो, तो मिलेंगे इदा की किसी और नवी वीडियो ये वा कि देख लो यदा एक लिफ्ट वाला पंप है एक पावर स्टेयरिंग वाला पंप है किसान भीरों इधरों बैटरी बॉक्स HWD ये जे HWD सीरीज़ का मीनिंग है किसान भीरों हैवी ड्यूटी बनाया कंपनी ने इस ट्रैक्टर नू, तो बाकी ये किधर दिती है जिदा सेफ्टी लिए प्लेट दिती है भी अपना हाथ वगैरह ना बेच बैल्ट दे फसे। बाकी बह के सतों दिखाता पहले ही, तो जे आप ट्रैक्टर की PTO HP की गल करिए किसान भीरों जे मैक्सीम PTO HP की गल करिए जी ज़्यादा तो ज़्यादा PTO HP है वह है किसान भीरों कोई अप्रोक्स 45.56 है, तो जे यदि मिनीम PTO HP घट्टो घट तो 33.5 है मीनिंग 33.5 PTO HP यदि घट्टो घट, तो ज़्यादा तो ज़्यादा किसान भीरों 46। तो बाकी SFC की गल कर लिए जी पता ही है तुम SFC स्पैसीफिक फ्यूल कंजप्शन वो किसान भीरों 251-251, बाकी मंथ एंड ईयर ऑफ मैनुफैक्चरिंग है जरा देख लो 5-2022 मॉडल है मई महीने का मैनुफैक्चरिंग है ट्रैक्टर, हूँ मैं तुम्हें थोड़ी ना तो यदि सीट वगैरह दिखा देना क्या आया थले थोड़ा सीट वगैरह चेक करा देना उपरों देख लो अजय मीनिंग सिर्फ 70 घंटे चलेगा ही ट्रैक्टर, तो देख लो लिफाफे वगैरह भी नहीं उतरे उपरों मीनिंग बिल्कुल ब्रांड न्यू ट्रैक्टर है अजय, तो आप कोशिश करा भी चलो तो हूँ तो जिदा सीजन है हले ऑफ है किसान भीरों फसलों वगैरह लग गई जो अगली फसल आएगी दीदी चलते दे भी तुम्हें रिव्यू देंगे चला के दसांगे ट्रैक्टर नू, रोटावीटर तो 8 फुट रोटावीटर है होर तवे है रो सारे दे परफॉर्मेंस तुम चेक करावे। तो डीजल टैंक भाई जी कि कैपेसिटी है हाँ सर मेरे अप्रोक्स 50 ला लो तुम 50 लीटर है जो डीजल आ जाता ये एक बार, तो बाकी इनलाइन पंप वाला ट्रैक्टर ही तो यह कुछ जानकारी ही, तो मैं आशा करता कि वीडियो वधिया लगी होगी, तो मिलेंगे फिर किसी नवी वीडियो च। बाकी जे कोई भी ये बारे डाउट होए किसान दे किसी भी मन चे किसान भीरों कमेंट बॉक्स कमेंट कर दियो, तो ताडा जरूर जिनी की जानकारी हैगी है रिप्लाई देंगे, ठीक है किसान भीरों फिर मिलते हैं नवी वीडियो च।